1976 ਇਨ੍ਹਾਂ ਵਰ੍ਹਿਆਂ ਵਿੱਚ ਕਰਾਚੀ ਤੇ ਬਾਕੀ ਦਾ ਸਰਕਟ ਵੱਖੋ ਵੱਖ ਹੋ ਗਿਆ। ਉਹ ਫਿਲਮ ਜੋ ਕਰਾਚੀ ਵਿੱਚ ਕਾਮਯਾਬ ਹੁੰਦੀ ਉਹ ਲਾਹੌਰ ਪਿਸ਼ਾਵਰ ਤੇ ਦੂਜੇ ਮੁਲਕ ਵਿੱਚ ਨਾਕਾਮ ਗਿਣੀ ਜਾਂਦੀ। ਇਸ ਵਾਸਤੇ ਅਸੀਂ ਕਿਸੇ ਵੀ ਫਿਲਮ ਬਾਰੇ ਇਹ ਗੱਲ ਅਖੀਰੀ ਨਹੀਂ ਕਹਿ ਸਕਦੇ ਭਈ ਉਹ ਇਸ ਵਰ੍ਹੇ ਦੀ ਕਾਮਯਾਬ ਹੁੰਦੀ ਸੀ। ਇੱਕ ਉਹ ਵੇਲਾ ਸੀ ਜਦੋਂ ਕਾਮਯਾਬ ਹੋਣ ਵਾਲੀ ਫਿਲਮ ਖੈਬਰ ਤੋਂ ਕਰਾਚੀ ਤੱਕ ਕਾਮਯਾਬ ਫਿਲਮ ਹੁੰਦੀ ਸੀ। ਕਰਾਚੀ ਦਾ ਮੁਲਕ ਦੇ ਦੂਜੇ ਹਿੱਸੇ ਤੋਂ ਵੱਖ ਹੋਣ ਦਾ ਵੱਡਾ ਕਾਰਨ ਉਰਦੂ ਨੂੰ ਕੌਮੀ ਜ਼ੁਬਾਨ ਮਨਵਾਉਣ ਉੱਤੇ ਧੱਕੇ ਨਾਲ ਉਸ ਦਾ ਡੰਡਾ ਲੋਕਾਂ ਦੇ ਸਿਰ ਉੱਤੇ ਵਰਸਾਉਣ ਦਾ ਸਿੱਟਾ ਸੀ। ਉਰਦੂ ਪ੍ਰੈਸ ਨੂੰ ਉਰਦੂ ਫਿਲਮ ਤੋਂ ਸਿਵਾ ਬਾਕੀ ਸਾਰੀਆਂ ਜ਼ੁਬਾਨਾਂ ਦੀਆਂ ਫਿਲਮਾਂ ਨੂੰ ਦਹਿਸ਼ਤਗਰਦੀ ਨੂੰ ਜਨਮ ਦੇਣ ਵਾਲੀਆਂ ਕਤਲ ਤੇ ਲੁੱਟ ਖੋਹ ਦੀ ਸਿਖਲਾਈ ਦੇਣ ਵਾਲੀਆਂ ਮਿੱਥ ਦਿੱਤਾ। ਉਹਨਾਂ ਇਸ ਵਸੇਬ ਅੰਦਰ ਨਿਰੀ ਉਰਦੂ ਫਿਲਮ ਨੂੰ ਹੀ ਤਹਿਜ਼ੀਬ ਯਾਫਤਾ ਮੰਨਣ ਤੇ ਮਨਵਾਉਣ ਦਾ ਯਤਨ ਕੀਤਾ। 1976 ਦੇ ਵਰ੍ਹੇ ਅੰਦਰ ਕੁੱਲ 111 ਫਿਲਮਾਂ ਬਣੀਆਂ। ਇਹ ਉਹ ਗਿਣਤੀ ਹੈ ਜਿਹੜੀ ਨਾ ਅੱਜ ਤੋਂ ਪਹਿਲਾਂ ਕਦੇ ਸਾਹਮਣੇ ਆਈ ਸੀ ਤੇ ਨਾ ਕਦੇ ਆਵੇਗੀ। ਇੱਕ ਵਰ੍ਹੇ ਵਿੱਚ ਬਣਨ ਵਾਲੀਆਂ ਗਿਣਤੀ ਪੱਖੋਂ ਸਭ ਤੋਂ ਵੱਧ ਫਿਲਮਾਂ ਸਨ। ਅਸੀਂ ਇਸ ਵਰ੍ਹੇ ਨੂੰ ਪਾਕਿਸਤਾਨੀ ਫਿਲਮ ਦਾ ਸਿਖਰ ਕਹਿ ਸਕਦੇ ਹਾਂ। ਇਸ ਵਰ੍ਹੇ ਉਰਦੂ ਵਿੱਚ ਕੁੱਲ 49 ਫਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ 14 ਨੂੰ ਕਾਮਯਾਬ ਮਿਥਿਆ ਗਿਆ, ਜਦਕਿ ਪੰਜਾਬੀ ਵਿੱਚ 55 ਫਿਲਮਾਂ ਬਣੀਆਂ ਜਿਨ੍ਹਾਂ ਵਿੱਚੋਂ 8 ਨੂੰ ਕਾਮਯਾਬ ਮਿਥਿਆ ਗਿਆ। ਸਿੰਧੀ ਦੀਆਂ ਦੋਵੇਂ ਹੀ ਨਾਕਾਮ ਗਈਆਂ। ਪਸ਼ਤੋ ਦੀਆਂ 4 ਵਿੱਚੋਂ 1 ਫਿਲਮ ਪਾਸ ਹੋਈ। ਇੰਜ ਹੀ ਇੱਕ ਉਰਦੂ ਫਿਲਮ ਨੂੰ ਅੰਗਰੇਜ਼ੀ ਵਿੱਚ ਢਾਲਿਆ ਗਿਆ ਤੇ ਤਵਾਰੀਖ ਦੇ ਵਰਕਿਆਂ ਉੱਤੇ ਦੱਸਿਆ ਗਿਆ ਬਈ ਅਸਾਂ ਇੱਕ ਅੰਗਰੇਜ਼ੀ ਫਿਲਮ ਵੀ ਬਣਾਈ ਏ। ਅਸਲ ਵਿੱਚ ਮੁਸਾਫਿਰ ਨਾਂ ਦੀ ਇੱਕ ਉਰਦੂ ਫਿਲਮ ਬਣਾਈ ਗਈ। ਇਸ ਫਿਲਮ ਨੂੰ ਅੰਗਰੇਜ਼ੀ ਵਿੱਚ ਵੀ ਡੱਬ ਕੀਤਾ ਗਿਆ। ਅੰਗਰੇਜ਼ੀ ਵਿੱਚ ਇਸ ਦਾ ਨਾਂ ਬਿਯੋਂਡ ਦੀ ਲਾਸਟ ਮਾਊਂਟੇਨ ਰੱਖਿਆ ਗਿਆ। ਇਹ ਦੋਵੇਂ ਫਿਲਮਾਂ ਨਾਕਾਮ ਗਈਆਂ। ਉਰਦੂ ਦੀਆਂ 14 ਫਿਲਮਾਂ ਵਿੱਚੋਂ ਆਜ ਔਰ ਕੱਲ, ਅੰਨਦਾਤਾ, ਇਨਸਾਨੀਅਤ, ਫੂਲ ਔਰ ਸ਼ੋਲੇ, ਤਲਾਸ਼, ਦੇਖਾ ਜਾਏਗਾ, ਸੁਸਾਇਟੀ ਗਰਲ, ਸੰਯਾ ਅਨਾੜੀ, ਸੱਚਾਈ, ਤਲਾਕ, ਮੁਹੱਬਤ ਔਰ ਮਹਿੰਗਾਈ, ਵਕਤ ਅਤੇ ਵਾਰੰਟ ਦੇ ਨਾਂ ਨਜ਼ਰ ਆਉਂਦੇ ਹਨ। ਇਹਨਾਂ 14 ਕਾਮਯਾਬ ਫਿਲਮਾਂ ਵਿੱਚੋਂ ਵੀ ਨਿਰੀਆਂ 3 ਫਿਲਮਾਂ ਹੀ ਅਜਿਹੀਆਂ ਸਨ ਜਿਨ੍ਹਾਂ ਨੂੰ ਚੰਗੀਆਂ ਤੇ ਵਧੀਆ ਫਿਲਮਾਂ ਕਿਹਾ ਜਾ ਸਕਦਾ ਹੈ। ਇਹਨਾਂ ਵਿੱਚ ਇਨਸਾਨੀਅਤ, ਸ਼ਬਾਨਾ ਤੇ ਅੰਨਦਾਤਾ ਦਾ ਨਾਂ ਆਉਂਦਾ ਹੈ। ਅੰਨਦਾਤਾ ਅੰਗਰੇਜ਼ੀ ਫਿਲਮ ਗਾਡਫਾਦਰ ਨੂੰ ਸਾਹਮਣੇ ਰੱਖ ਕੇ ਬਣਾਈ ਗਈ ਸੀ। ਭਾਰਤ ਵਿੱਚ ਇਸੇ ਹੀ ਢੰਗ ਦੀ ਧਰਮਾਤਮਾ ਬਣੀ ਅੰਨਦਾਤਾ ਨੇ ਕਈ ਅਵਾਰਡ ਜਿੱਤੇ। ਪੰਜਾਬੀ ਜ਼ੁਬਾਨ ਦੀਆਂ ਫਿਲਮਾਂ ਦੇ ਪ੍ਰਸੰਗ ਵਿੱਚ ਵੀ ਇਹ ਹੀ ਗੱਲ ਆਉਂਦੀ ਹੈ ਬਈ ਪੰਜਾਬੀ ਵਿੱਚ ਬੇਅੰਤ ਫਿਲਮਾਂ ਬਣਨ ਲੱਗੀਆਂ ਸਨ, ਕਿਉਂਕਿ ਪਾਕਿਸਤਾਨ ਵਿੱਚ ਮਾਰਕੀਟ ਜੇ ਰਹਿ ਗਈ ਸੀ ਤਾਂ ਉਹ ਸੀ ਪੰਜਾਬੀ ਜਾਂ ਪਸ਼ਤੋ ਫਿਲਮ ਦੀ। ਪਰ ਇਸ ਤੋਂ ਲਾਹਾ ਨਹੀਂ ਲਿਆ ਗਿਆ। ਫਿਲਮਾਂ ਗਿਣਤੀ ਵਿੱਚ ਤਾਂ ਚੋਖੀਆਂ ਬਣੀਆਂ, ਪਰ ਉਹਨਾਂ ਦੇ ਮਿਆਰ ਦਾ ਧਿਆਨ ਨਹੀਂ ਰੱਖਿਆ ਗਿਆ, ਜਿਹਦਾ ਸਿੱਟਾ ਇਹ ਨਿਕਲਿਆ ਪਈ ਗਿਣਤੀ ਤੇ ਵੱਧ ਗਈ ਪਰ ਚੰਗੀਆਂ ਫਿਲਮਾਂ ਨਾ ਬਣ ਸਕੀਆਂ। ਇਸ ਵਰ੍ਹੇ ਪੰਜਾਬੀ ਦੀਆਂ 55 ਫਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ 8 ਕਾਮਯਾਬ ਮਿਥੀਆਂ ਗਈਆਂ। ਇਹਨਾਂ ਵਿੱਚ ਬਗਾਵਤ, ਬਾਗੀ ਤੇ ਫਰੰਗੀ, ਜੱਗਾ ਗੁੱਜਰ, ਜੱਟ ਕੁੜੀਆਂ ਤੋਂ ਡਰਦਾ ਮਾਰਾ, ਤੂਫਾਨ, ਹਸ਼ਰ ਨਸ਼ਰ, ਕੌਣ ਸ਼ਰੀਫ ਕੌਣ ਬਦਮਾਸ਼ ਤੇ ਲਾਇਸੈਂਸ ਸ਼ਾਮਿਲ ਸਨ। ਇਹਨਾਂ ਵਿੱਚੋਂ ਵੀ 2 ਅਜਿਹੀਆਂ ਫਿਲਮਾਂ ਸਨ ਜਿਨ੍ਹਾਂ ਨੂੰ ਕਾਮਯਾਬ ਕਿਹਾ ਜਾ ਸਕਦਾ ਹੈ। ਇਹਨਾਂ ਵਿੱਚ ਇੱਕ ਜੱਟ ਕੁੜੀਆਂ ਤੋਂ ਡਰਦਾ ਮਾਰਾ ਤੇ ਦੂਜੀ ਜੱਗਾ ਗੁੱਜਰ ਸੀ। ਸ਼ਬਾਬ ਹੁਰਾ ਪਹਿਲੀ ਵਾਰ ਨਿੱਕੀ ਸਕਰੀਨ ਤੋਂ ਹੀਰੋਇਨ ਲਈ, ਜਿਹਦਾ ਨਾਂ ਰੂਹੀ ਬਾਨੋ ਸੀ। ਰੂਹੀ ਬਾਨੋ ਨੂੰ ਟੀਵੀ ਤੋਂ ਸਿਨੇਮੇ ਦੀ ਸਕਰੀਨ ਤੇ ਲਿਆਂਦਾ। ਇੰਜ ਹੀ ਸੰਗੀਤਾ ਹੁਰਾ ਹਿਦਾਇਤਕਾਰੀ ਵੱਲ ਪੈਰ ਪੁੱਟਿਆ ਤੇ ਸੁਸਾਇਟੀ ਗਰਲ ਬਣਾਈ ਤੇ ਕਾਮਯਾਬ ਰਹੀਆਂ। ਸੱਚਾਈ ਨਾਂ ਦੀ ਫਿਲਮ ਵਿੱਚ ਅਲਾਉਦੀਨ ਤੇ ਤਾਲਿਸ਼ ਹੁਰਾਂ ਨੂੰ ਮਖੌਲੀਆ ਪਾਤਰ ਦਿੱਤੇ ਗਏ। ਇਹ ਸਭ ਕੁਝ ਪਾਕਿਸਤਾਨ ਦੀ ਫਿਲਮ ਇੰਡਸਟਰੀ ਨੂੰ ਠੁੰਮਣਾ ਦੇਣ ਦੇ ਯਤਨ ਸਨ, ਪਰ ਇਹ ਸਾਰੇ ਹੀਲੇ ਬੇਕਾਰ ਗਏ।
ਤੇ ਹੌਲੀ ਹੌਲੀ ਫਿਲਮ ਇੰਡਸਟਰੀ ਘਟਦੀ ਗਈ। ਇਸ ਵਰੇ ਜਿਹੜੀਆਂ ਮਾਨਵਰ ਹਸਤੀਆਂ ਦੁਨੀਆਂ ਦੀ ਫਿਲਮ ਸਕਰੀਨ ਤੋਂ ਹਟ ਗਈਆਂ ਉਹਨਾਂ ਵਿੱਚ ਨਈਮ ਹਾਸ਼ਮੀ ਅਦਾਕਾਰ ਹਿਦਾਇਤਕਾਰ 27 ਅਪ੍ਰੈਲ ਨੂੰ ਦੁਨੀਆ ਲੈਲਾ ਗੁਲੂਕਾਰਾ 27 ਦਸੰਬਰ ਤੇ ਪੰਜਾਬੀ ਫਿਲਮ ਅਤੇ ਪਾਕਿਸਤਾਨੀ ਫਿਲਮ ਦੇ ਸਰਤਾਜ ਪਾਤਰ ਮੁਨੱਵਰ ਜ਼ਰੀਫ ਸ਼ਾਮਲ ਸਨ ਜੋ 29 ਅਗਸਤ ਨੂੰ ਰੱਬ ਨੂੰ ਪਿਆਰੇ ਹੋਏ।